हाय फ्रेंड्स, मैं बना रही हूँ नींबू हरी मिर्च ते अदरक का अचार। उस वास्ते मैंने 1 किलो नींबू गलगलां वर्गे सी पाई आ, मैं लिया 250 ग्राम अदरक ते 250 ग्राम लिया मैं हरी मिर्च। हुण मैं इहदे विच पाऊंगी नींबू, अदरक ते मिर्च, हरी मिर्च पा देंगे। आपां हरी मिर्च दे विच इस तरह टक लगाने आ। आपां इदां नमक भी भर सकते हैं, इहदे विच इस तरह भी नमक भर सकते हैं, बट जिस तरह आपां ऐ करना इस तरह अपने आप ही मिक्स हो जाना। इहदे विच आपां 250 ग्राम दे करीब ही नमक पा देना। 2 चम्मच आपां पाने आ देगी मिर्च दे, तां कि कलर अच्छा आ जाए। नमक इसलिए इन्ना पाया क्योंकि वह खटास नू ते मिर्च दे तिखेपन नू बैलेंस कर देगा। ते 2 चम्मच दे करीब आप चीनी पानी है, जिन्ना उहदी खटास विच थोड़ी कमी आएगी। हुण आपां इहनू अचार नू चंगी तरह इस तरह मिक्स कर लेना। नमक ज़्यादा नहीं है क्योंकि नींबू ज़्यादा खट्टे हुंदे आ, मिर्च ज़्यादा तिखी हुंदी आ, उन्हां दोनों नू इह बैलेंस करदा। आपां इहनू मिक्स करन तो बाद धुप विच रखना 2-3 दिन वास्ते। इस तरह चंगी तरह मिक्स करना। चीनी नाल इहदे विच मिठापन नहीं आएगा ते नमक इहदे विच ज़्यादा नहीं होएगा, जो भी पाया आपां बिल्कुल बैलेंस होएगा इहदे विच। हुण आपां इहनू इक कच दे जार विच पा देंगे, इह चंगी तरह करके। ਇਹ ਮਿਰਚੀ ਦਾ ਅਤੇ ਜੋ ਵੀ ਨਿੰਬੂ ਦਾ ਅਚਾਰ ਆ ਨਾ, ਸਰਦੀਆਂ ਵਿੱਚ ਜ਼ਿਆਦਾ ਇਸ ਲਈ ਅੱਛਾ ਲੱਗਦਾ ਕਿਉਂਕਿ ਆਪਾਂ ਸਾਗ ਬਣਾਉਂਦੇ ਹਾਂ, ਦਾਲ ਬਣਾਉਂਦੇ ਹਾਂ, ਹਰ ਕਿਸੇ ਚੀਜ਼ ਨਾਲ ਇਹ ਅਚਾਰ ਅੱਛਾ ਲੱਗਦਾ ਹੈਗਾ। ਹਾਂਜੀ ਫਰੈਂਡਸ, ਮੈਂ ਪਾ ਰਹੀ ਹਾਂ ਮਿਰਚੀ ਦਾ ਅਚਾਰ ਮਸਾਲਿਆਂ ਵਾਲਾ। ਪਹਿਲਾਂ ਮੈਂ ਨਿੰਬੂ ਅਤੇ ਮਿਰਚੀ ਦਾ ਅਚਾਰ ਪਾ ਚੁੱਕੀ ਹਾਂ। ਹੁਣ ਮੈਂ ਤੁਹਾਨੂੰ ਇਹ ਇਜ਼ੀ ਵੇ ਨਾਲ ਦੱਸਾਂਗੀ। ਮੈਂ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ ਨੇਗੀਆਂ, 100 ਗ੍ਰਾਮ ਦੇ ਗਰੀਬ ਹੋਣਗੀਆਂ। ਉਹਦੇ ਵਿੱਚ ਮੈਂ ਇਹ ਜਿਹੜਾ ਮਸਾਲਾ ਬਣਾਇਆ ਹੈਗਾ ਵਾ, ਇਹਦੇ ਵਿੱਚ ਮੈਂ 2 ਚਮਚ ਸੌਂਫ ਅਤੇ 1 ਚਮਚ ਮੇਥੀ ਦਾ, ਮੇਥਾ ਦਾਣਾ ਜੋ ਹੁੰਦਾ ਵਾ, 2 ਚਮਚ ਰਾਈ ਦੇ, 1 ਚਮਚ ਜੀਰਾ ਅਤੇ 1 ਚਮਚ ਕਲੌਂਜੀ ਪਾਈ ਆ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ। ਮਿਕਸ ਕਰਕੇ ਆਪਾਂ ਇਹਦੇ ਵਿੱਚ ਪਾ ਦੇਵਾਂਗੇ 2 ਚਮਚ ਦੇ ਕਰੀਬ ਵੱਡੇ ਨਮਕ, 2 ਚਮਚ ਦੇ ਕਰੀਬ ਨਮਕ ਪਾ ਦਾਂਗੇ ਅਤੇ 1 ਚਮਚ ਹਲਦੀ ਦਾ ਪਾ ਦਾਂਗੇ ਅਤੇ 1/2 ਚਮਚ ਆਪਾਂ ਪਾ ਦਾਂਗੇ ਲਾਲ ਮਿਰਚੀ ਦਾ, ਕਿਉਂਕਿ ਆਲਰੇਡੀ ਇਹ ਤਿੱਖੀਆਂ ਮਿਰਚਾਂ ਹੁੰਦੀਆਂ ਵਾ। ਮੈਂ ਦੇਗੀ ਮਿਰਚ ਪਾਈ ਆ ਇਹਦੇ ਵਿੱਚ। ਹੁਣ ਆਪਾਂ ਇਹਦੇ ਵਿੱਚ 2 ਨਿੰਬੂ ਕੱਟ ਕੇ ਪਾ ਦੇਵਾਂਗੇ ਤਾਂ ਕਿ ਇਹਨਾਂ ਦੀ ਕੜਤਨ ਥੋੜ੍ਹੀ ਜਿਹੀ ਬੈਲੈਂਸ ਹੋ ਜਾਵੇ। ਦੋ ਨਿੰਬੂ ਜਿਹੜੇ ਮੇਰੇ ਵੱਡੇ ਹੈਗੇ ਆ ਥੋੜ੍ਹੇ ਜਿਹੇ, ਚੰਗੀ ਤਰ੍ਹਾਂ ਇਹਨਾਂ ਨੂੰ ਨਿਚੋੜ ਦੇਣਾ ਆਪਾਂ। ਆਪਾਂ ਛਿਲਕੇ ਵਿੱਚ ਵੀ ਪਾ ਸਕਦੇ ਹਾਂ ਅਤੇ ਅਲੱਗ ਵੀ ਰੱਖ ਸਕਦੇ ਹਾਂ। ਅਸੀਂ ਜੇ ਪਤਲੀ ਛਿਲਕ ਹੋਵੇ ਤਾਂ ਵਿੱਚ ਪਾ ਦਈਏ। ਮਸਾਲਿਆਂ ਨੂੰ ਚੰਗੀ ਤਰ੍ਹਾਂ ਲਪੇਟ ਲੈਣਾ ਮਿਰਚਾਂ ਨੂੰ ਮਸਾਲੇ ਦੇ ਵਿੱਚ। ਮਸਾਲਿਆਂ ਦੀ ਖੁਸ਼ਬੂ ਬਹੁਤ ਹੀ ਬੈਟਰ ਆ ਰਹੀ ਹੈ ਕਿਉਂਕਿ ਇਹਨਾਂ ਨੂੰ ਆਪਾਂ ਥੋੜ੍ਹੇ ਜਿਹੇ ਗਰਮ ਕੀਤਾ ਸੀ, ਰੋਸਟ ਕੀਤਾ ਸੀ ਅਤੇ ਇਹਨਾਂ ਨੂੰ ਪਾਤਾ ਪੂਰੀ ਤਰ੍ਹਾਂ ਸਾਡੀ ਮਿਰਚ ਨਾਲ ਲਿਬੜ ਚੁੱਕੇ। ਹੁਣ ਇਹਦੇ ਵਿੱਚ 1/2 ਕਟੋਰੀ ਆਪਾਂ ਤੇਲ ਦੀ ਪਾ ਦੇਵਾਂਗੇ।
ਜਿਹਦੇ ਨਾਲ ਇਹ ਪੂਰੀ ਤਰ੍ਹਾਂ ਸੇਫ ਹੋ ਜਾਣੇ, ਇੱਕ ਤਰ੍ਹਾਂ ਸ਼ੀਲਡ ਹੁੰਦੀ ਹੈ ਤੇਲ ਜਿਹੜੀ ਮਸਾਲਿਆਂ ਦੀ ਅਚਾਰ ਦੀ ਸ਼ੀਲਡ ਹੁੰਦੀ ਹੈ। ਆਪਾਂ ਪੂਰੀ ਤਰ੍ਹਾਂ ਇਹਨੂੰ ਲਿਪਟਾ ਦਿੱਤਾ। ਸਾਡਾ ਅਚਾਰ ਬਣ ਕੇ ਰੈਡੀ ਹੋ ਗਿਆ। ਆਪਾਂ ਇਹਨੂੰ ਧੁੱਪ ਵਿੱਚ ਰੱਖ ਸਕਦੇ ਹਾਂ ਏਅਰ ਟਾਈਟ ਡੱਬੇ 'ਚ ਪਾ ਕੇ। ਜੇ ਤੁਹਾਨੂੰ ਖਟਾਸ ਥੋੜ੍ਹੀ ਜਿਹੀ ਘੱਟ ਲੱਗੇ ਆਪਾਂ ਇਹਦੇ ਵਿੱਚ ਨਿੰਬੂ ਵੀ ਇੱਕ ਹੋਰ ਪਾ ਸਕਦੇ ਹਾਂ ਜਾਂ ਸਿਰਕੇ ਦੇ 2-3 ਚਮਚ ਵੀ ਪਾ ਸਕਦੇ ਹਾਂ। ਸਾਡਾ ਅਚਾਰ ਰੈਡੀ ਹੋ ਚੁੱਕਾ। ਅਚਾਰ ਬਿਲਕੁਲ ਰੈਡੀ ਹੋ ਚੁੱਕਾ ਹੈਗਾ। ਹਾਂਜੀ ਫਰੈਂਡਸ, ਅਚਾਰ ਆਪਾਂ ਪਾਇਆ ਸੀ ਇਹ ਧੁੱਪ 'ਚ ਰੱਖੇ ਨੂੰ ਹੋਇਆ ਆਪਣਾ ਟਾਈਮ। ਇਹ ਆਪਾਂ ਦੇਖਦੇ ਕਿਸ ਤਰ੍ਹਾਂ ਵਾ, ਇਸ ਤਰ੍ਹਾਂ ਇਹਨੂੰ ਢੱਕ ਕੇ ਰੱਖਣਾ ਕੱਪੜੇ ਦੇ ਨਾਲ। ਦੇਖੋ ਉਹਦੇ ਕਲਰ ਵਿੱਚ ਫਰਕ ਆ ਗਿਆ ਨਾ, ਹਜੇ ਸੋਫਟ ਨਹੀਂ ਹੋਇਆ, ਇਹਨੂੰ 1-2 ਦਿਨ ਲੱਗਣਗੇ। ਆਪਾਂ ਇਹਨੂੰ ਇਸ ਤਰ੍ਹਾਂ ਹੀ ਹਿਲਾ ਕੇ ਰੱਖ ਦੇਣਾ। ਦੇਖੋ ਪਾਣੀ ਅੱਜ ਕੱਲ੍ਹ ਸਾਗ ਦੇ ਨਾਲ ਇਹ ਅਚਾਰ ਬਹੁਤ ਅੱਛਾ ਲੱਗਦਾ ਦਾਲ ਦੇ ਨਾਲ। ਅਤੇ ਆਹ ਦੂਸਰੀ ਮੈਂ ਮਸਾਲਾ ਮਿਰਚ ਪਾਈ ਸੀ, ਇਹ 1-2 ਦਿਨ ਵਿੱਚ ਰੈਡੀ ਹੋ ਜਾਣੀ ਆ। ਆਪਾਂ ਓਨੀ ਪਾਈਏ ਜਿੰਨੀ ਕੁ ਖਾ ਸਕਦੇ ਹਾਂ, ਖਤਮ ਕਰ ਸਕਦੇ ਹਾਂ। ਜੇ ਤੁਹਾਨੂੰ ਪਸੰਦ ਆਇਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ।